ਸਰ ਜਿਹੜਾ ਤੁਸੀਂ ਸ਼ਹਿਰ ਨੂੰ ਸੁੰਦਰ ਬਣਾਇਆ ਹੈਗਾ, ਕਿਉਂ ਅੱਜ ਜਿਹੜਾ ਤੁਸੀਂ ਸਾਰੀ ਸੰਗਤ ਨਾਲ ਸ਼ਹਿਰ 'ਚ ਸਫਾਈ ਕੀਤੀ ਹੈਗੀ ਉਸ ਨੂੰ? ਸਾਡੇ ਸਤਿਗੁਰੂ ਬਾਬਾ ਜੀ ਦੇ ਜਨਮ ਦਿਨ 'ਤੇ ਅੱਜ ਇਹ ਸਤਿਗੁਰੂ ਬਾਬਾ ਜੀ ਦਾ ਆਦੇਸ਼ ਹੈ, ਇਹ ਆਦੇਸ਼ ਮੰਨ ਕੇ ਜੋ ਸਾਰੇ ਸੇਵਾ ਦਲ ਨੇ ਅੱਜ ਇਹ ਇੱਕ ਸਫਾਈ ਅਭਿਆਨ ਚਲਾਇਆ। ਇਹ ਸਤਿਗੁਰੂ ਬਾਬਾ ਜੀ ਦਾ ਇੱਕ ਆਦੇਸ਼ ਸੀ, ਜਿਸ ਤਰ੍ਹਾਂ ਕਿ ਜੋ ਗੰਦਗੀ ਚਾਹੇ ਅੰਦਰ ਦੀ ਹੈ ਜਾਂ ਬਾਹਰ ਦੀ ਹੈ, ਇਹ ਦੋਨੋਂ ਹੀ ਨੁਕਸਾਨਦਾਇਕ ਹੈ। ਇਸ ਲਈ ਅੱਜ ਇਹ ਅਭਿਆਨ ਚਲਾਇਆ, ਅੱਜ ਬਾਬਾ ਜੀ ਦੇ ਜਨਮ ਦਿਨ ਦੀ ਖੁਸ਼ੀ 'ਚ। ਅੱਜ ਜੋ 23 ਫਰਵਰੀ ਹੈ, ਹਜ਼ੂਰ ਬਾਬਾ ਹਰਦੇਵ ਸਿੰਘ ਦਾ ਜਨਮ ਦਿਨ ਹੈ। ਜੋ ਬਾਬਾ ਜੀ ਦੀ ਸਿਖਲਾਈ ਹੈ ਕਿ ਉਹਨਾਂ ਦਾ ਜੋ ਜਨਮ ਦਿਨ ਹੈ, ਸਮਾਜ ਦੀ ਸੇਵਾ ਕਰਕੇ, ਸਫਾਈ ਅਭਿਆਨ ਚਲਾ ਕੇ ਦੁਨੀਆ ਨੂੰ ਇੱਕ ਦਿਸ਼ਾ ਦੇਣੀ ਹੈ ਕਿ ਜੋ ਸਫਾਈ ਹੈ ਇਹ ਮਨੁੱਖਤਾ ਲਈ ਬਹੁਤ ਜ਼ਰੂਰੀ ਹੈ। ਔਰ ਅੱਜ ਜੋ ਅਸੀਂ ਸਫਾਈ ਕੀਤੀ, ਸਾਰੇ ਸ਼ਹਿਰ ਨੂੰ ਦਿਖਾਇਆ, ਬੜੇ ਪਿਆਰ ਨਾਲ ਭੈਣਾਂ ਨੇ, ਬੱਚਿਆਂ ਨੇ ਔਰ ਮਹਾਂਪੁਰਸ਼ਾਂ ਨੇ ਸਫਾਈ ਕੀਤੀ ਹੈ ਹਰੇਕ ਜਗ੍ਹਾ 'ਤੇ, ਹੋਸਪਿਟਲ ਦੇ, ਚਾਹੇ ਕੋਈ ਟੋਇਲਟ ਸੀ, ਚਾਹੇ ਕੋਈ ਬੈੱਡ ਦੇ ਨੀਚੇ ਸੀ, ਇੰਨੇ ਪਿਆਰ ਨਾਲ ਸਫਾਈ ਕੀਤੀ ਜੋ ਅੱਜ ਤੱਕ ਨਹੀਂ ਹੋਈ। ਔਰ ਉਹਦੇ ਨਾਲ ਇਹ ਵੀ ਦੱਸਿਆ ਗਿਆ ਬਾਬਾ ਜੀ ਕਿ ਇਹ ਜੋ ਸਾਰਿਆਂ ਨੂੰ ਹੁਕਮ ਲਗਾਇਆ ਗਿਆ ਕਿ ਆਪਣੇ ਆਲੇ ਦੁਆਲੇ ਦੀ, ਆਪਣੇ ਗੁਆਂਢ ਦੀ ਜਿਹੜੀ ਹੈ ਸਫਾਈ ਰੱਖਣੀ ਹੈ। ਪਰ ਇਹ ਨਹੀਂ ਇੱਕ ਦਿਨ ਹੀ ਅੱਜ ਸਫਾਈ ਹੈ, ਹਮੇਸ਼ਾ ਲਈ ਜਿਹੜੀ ਹੈ ਬਾਬਾ ਜੀ ਵੱਲੋਂ, ਹਜ਼ੂਰ ਮਾਤਾ ਜੀ ਵੱਲੋਂ ਇੱਕ ਆਦੇਸ਼ ਹੈ ਕਿ ਅਸੀਂ ਹਮੇਸ਼ਾ ਹੀ, ਚਾਹੇ ਗੁਆਂਢ ਹੋਏ, ਚਾਹੇ ਸਾਡਾ ਮੁਹੱਲਾ ਹੋਏ, ਚਾਹੇ ਸਾਡਾ ਸ਼ਹਿਰ ਹੋਏ, ਕਿਤੇ ਵੀ ਗੰਦਗੀ ਨਹੀਂ ਫੈਲਾਉਣੀ ਹੈ। ਔਰ ਇਹਦੇ ਨਾਲ ਹੀ ਮਰੀਜ਼ਾਂ ਦੀ ਸੇਵਾ ਕੀਤੀ ਗਈ, ਫਲ ਫਰੂਟ ਦਿੱਤਾ ਗਿਆ ਔਰ ਜਿਹੜੇ ਨਵਜੰਮੇ ਬੱਚੇ ਨੇ ਉਹਨਾਂ ਨੂੰ ਨਗਦ ਜਿਹੜਾ ਅਸੀਂ ਇਨਾਮ ਸ਼ਗਨ ਦਿੱਤੇ। ਔਰ ਅੱਜ ਦੇ ਹੀ ਦਿਹਾੜੇ 'ਤੇ ਅਸੀਂ ਨਵਜੰਮੇ ਬੱਚਿਆਂ ਨੂੰ, ਜਿਵੇਂ ਕੁੜੀਆਂ ਨੂੰ ਅਸੀਂ ਡਬਲ, ਜਿਹੜੇ ਮੁੰਡੇ ਸੀ ਉਹਨਾਂ ਨੂੰ ਵੀ ਸ਼ਗਨ ਦਿੱਤਾ, ਪਰ ਕੁੜੀਆਂ ਨੂੰ ਅਸੀਂ ਡਬਲ ਸ਼ਗਨ ਦਿੱਤਾ। ਔਰ ਅੱਜ ਸਾਰਿਆਂ ਨੂੰ ਇੱਕ ਜਿਹੜਾ ਹੈ ਆਦੇਸ਼ ਹੋਇਆ, ਜਿਹੜੇ ਵੀ ਸਫਾਈ ਵਿੱਚ ਆਪਣਾ ਯੋਗਦਾਨ ਦੇਣਗੇ ਅਸੀਂ ਫਿਊਚਰ ਵਿੱਚ ਉਹਨਾਂ ਨੂੰ ਵੀ ਸਨਮਾਨਿਤ ਕਰਾਂਗੇ।